ਤੇ ਅੰਦਰ ਵਾਲੀ ਤੇ ਦੁਬਾਰਾ ਮਰੇ ਸੀ ਉਲੇਟਾਂ ਵਗੈਰਾ ਨਹੀਂ ਬਣਦੀਆਂ ਵਾਲ ਦੋਸਤੋ ਕਿਆ ਹਾਲ ਚਾਲ ਉਮੀਦ ਕਰਨਾ ਸਾਰੇ ਖੈਰ ਫੀਸਰ ਹੁਸਨ ਤੇ ਤੁਸੀਂ ਦੇ ਪਏ ਐਮ ਇਮਰਾਨ ਮਲਾਣਾ ਯੂਟਿਊਬ ਚੈਨਲ ਐਮ ਇਮਰਾਨ ਮਲਾਣਾ ਯੂਟਿਊਬ ਚੈਨਲ ਤੇ ਵੈਲਕਮ ਠੀਕ ਹੈ ਤਮਾਮ ਦੋਸਤਾਂ ਦਾ ਦਿਲ ਗਰਾਈਓ ਸੇ ਤੇ ਅੱਜ ਦੀ ਵੀਡੀਓ ਜੁਲਦੇ ਹਾਂ ਆਪਾਂ ਰੂਸੀ ਟਰੈਕਟਰ ਦੀ ਪਰਫੋਰਮੈਂਸ ਦੇਦੇ ਹਾਂ ਇਹਦੇ ਤੇ ਰੂਟਰ ਤੇ ਧੁੰਦ ਲਾਉਂਦੀ ਹੈ ਨਵਾਲ ਜੁਲਦੇ ਹਾਂ ਫਿਲਹਾਲ ਧੁੰਦ ਦੇਦੇ ਪਏ ਬੜੀ ਧੁੰਦ ਆਈ ਵਧੀ ਕੋਈ ਐਸਾ ਉਹ ਕਹਿਣੀ ਇਫੈਕਟ ਜਾਂ ਕੋਈ ਐਸਾ ਇਹੋ ਸਮਾਂ ਮਸਲਾ ਕਹਿੰਦੀ ਜਿਹੜਾ ਵੀ ਯਾਨੀ ਕਿ ਬੰਦਾ ਲਈ ਖੜਾ ਹੋਵੇ ਕੋਈ ਮਸਲਾ ਕਹਿੰਦੀ ਅਤੇ ਜੁਲਦੇ ਆਪਾਂ ਵੀਡੀਓ ਦੀ ਤਰਫ ਅਤੇ ਧੁੰਦ ਲਾਉਣ ਤੋਂ ਬਾਅਦ ਆਪਾਂ ਯਾਨੀ ਕਿ ਵੀਡੀਓ ਬਣਾਉਂਦੇ ਆਪਾਂ ਜੀ ਨਾਜ਼ਰੀਨ ਅੱਜ ਤੁਹਾਨੂੰ ਰੂਸੀ ਦੀ ਪਰਫੋਰਮੈਂਸ ਦਿਖਾਉਂਦੇ ਪਏ ਇਹਦੇ 'ਤੇ ਰੂਟਰ 'ਤੇ ਮਾਸ਼ਾਲਾ ਸੋਹਣਾ ਕੰਮ ਕਰਾਉਂਦਾ ਪਿਆ ਯਾਰ ਲੋਕ ਆ ਜਾਂਦੇ ਬਲੈਕ ਬੈਲਟ ਸਲਿਪ ਥੀ ਵੈਂਦੇ ਯੇ ਥੀ ਵੈਂਦੇ ਵੋ ਥੀ ਵੈਂਦੇ ਬਈ ਯਾਨੀ ਕਿ ਰੂਸੀ ਪੀ ਟੀ ਓ ਦਾ ਠੀਕ ਕਹਿ ਨਹੀਂ ਹੈਗਾ ਲੇਕਿਨ ਬੜੀ ਅੱਛੀ ਪਰਫੋਰਮੈਂਸ ਚੈੱਕ ਕਰਵਾਉਂਦਾ ਪਿਆ ਤੁਹਾਨੂੰ ਇਹ ਨਜ਼ਰ ਆਉਂਦੀ ਪਈ ਹੈ ਇਹ ਕੱਲ੍ਹ ਸਿੰਗਲ ਡਿਕਸ ਮਾਰ ਗਿਆ ਜੀ ਉਹ ਵੀ ਵੀਡੀਓ ਮੈਂ ਅਪਲੋਡ ਕੀਤੀ ਹੈ ਅੱਜ ਇਹ ਰੂਸੀ 'ਤੇ ਮਾਰਨ ਆਇਆ ਵਾ ਦਿਨ ਬਈ ਯਾਨੀ ਕਿ ਰੂਟਰ ਸਿੰਗਲ ਡਿਕਸ ਉੱਤੇ ਰੂਟਰ ਮਾਰ ਕੇ ਸੀ ਹੱਲਣ ਦੀ ਲਾ ਅਤੇ ਗੱਪ ਸ਼ੱਟ ਕਰਦੇ ਸਨ ਮੈਂ ਕਿਹਾ ਚਲੋ ਰੂਟਰ 'ਤੇ ਅੱਜ ਦੀ ਤੱਕ ਕਾਫੀ ਬੰਦਿਆਂ ਕਿਨੂੰ ਸੁਣਿਆ ਵੀ ਰੂਸੀ ਰੂਟਰ 'ਤੇ ਠੀਕ ਨਹੀਂ ਰਹਿੰਦਾ ਜਾਂ ਚਾਪਰ 'ਤੇ ਠੀਕ ਨਹੀਂ ਰਹਿੰਦਾ ਵੀ ਯਾਨੀ ਕਿ ਸਲਿਪ ਕਰਦੇ ਗਰਾਰੀ ਬਣਾਉਣਾ ਪਾਉਂਦਾ ਜੇ ਉਹ ਇਹ ਜੈਨੂਅਨ ਬੈਲਟ ਦੇ ਡਾਇਰੈਕਟ ਹੁੰਦੇ ਉੱਤੇ ਬੈਲਟ ਦੇ ਨਿਜ਼ਾਮ ਉਹ ਜਿਹੜਾ ਹੁੰਦੇ ਊਂ ਬੈਲਟ ਦੇ ਉੱਤੇ ਹੀ ਪੀ ਟੀ ਓ ਇਹਦੀ ਚੱਲਦੀ ਪਈ ਹੈ ਕੋਈ ਇਹਦੀ ਗਰਾਰੀ ਵਾਲਾ ਕੋਈ ਨਿਜ਼ਾਮ ਉਹ ਕਹਿ ਨਹੀਂ ਅਦਲ ਬਦਲ ਕੀਤਾ ਹੋਇਆ ਇਹ 2009 ਮਾਡਲ ਵੇ ਟਰੈਕਟਰ ਲੇਕਿਨ ਉਹ ਧੂੰਆਂ ਤਾਂ ਹੁੰਦਾ ਹੈ ਹੀ ਕਹਿਣਾ ਲੋਕ ਕਹਿੰਦੇ ਧੂੰਆਂ ਮਰੇ ਨਾ ਯੇ ਉਹ ਕਹਿੰਦਾ ਟਰੈਕਟਰ ਨਵਾਂ ਮਾਡਲ ਹੈ ਇੱਕੇ ਬੰਦੇ ਦੇ ਅਸੀਂ ਬੰਦੇ ਦੇ ਇੱਥੇ ਆਏ ਤੇ ਉਹ ਬੰਦਾ ਹੀ ਚਲਾਉਂਦਾ ਪਿਆ ਮਾਸ਼ਾਅੱਲਾ ਬੜਾ ਅੱਛਾ ਰੂਟਰ ਹੈ ਔਰ ਵੱਡਾ ਰੂਟਰ ਹੈ ਆਹ ਰੂਟਰ ਤੇ ਟੋਰਾ ਟੋਰਾ ਨਹੀਂ ਕਰਨਾ ਟਰੈਕਟਰ ਯੇ ਵੋ ਟੋਰਾ ਹੀ ਕਰਦੇ ਸਾਰਾ ਕੁਝ ਇਹ ਦੇਖੋ ਪਿਛਲੀ ਸਾਈਡ ਤੇ ਤੁਹਾਨੂੰ ਦਿਖਾਵਾਂ ਇਹ ਜਿਹੜੀ ਮਿੱਟੀ ਹੈ ਇਹ ਬਣਾ ਰੱਖੀ ਸੀ ਇਹ ਪਹਿਲੇ ਸਿੰਗਲ ਡਿਕਸ ਵੱਜੀ ਹੋਈ ਹੈ ਸਿੰਗਲ ਡਿਕਸ ਉੱਤੇ ਸਿੰਗਲ ਰੂਟਰ ਮਰਿਆਂਦੇ ਪੈਣ ਸਾਹ ਜ਼ਿਆਦ ਮਲਾਣਾ ਸਾਹਿਬ ਟਰੈਕਟਰ ਖੁਦ ਬਜ਼ਾ ਤੇ ਖੁਦ ਚਲਾ ਰਹੇ ਨੇ ਯਾਰ ਵੀਵਰ ਜਿਤਨੇ ਜਿਹੜੇ ਤੁਹਾਡੇ ਕਮੈਂਟਸ ਨਹੀਂ ਆਉਂਦੇ ਜਾਂ ਤੁਸੀਂ ਜਿਹੜਾ ਵੇਲੇ ਇਹਦੇ ਕੋਈ ਕਮੈਂਟਸ ਵਗੈਰਾ ਨਹੀਂ ਵੇਖ ਰਹੇ ਹੂੰ ਵੇਲੇ ਦੁੱਖ ਮਾਨਦਾ ਥੀਂਦੇ ਦੁੱਖ ਥੀਂਦੇ ਵੀਡੀਓ ਬਣਾਵਾਂ ਦਾ ਯਾਰ ਹੁਣ ਡੇ ਮੈਂ ਸਪੈਸ਼ਲ ਉੱਥੋਂ ਕਰਦੇ ਆਇਆ ਮੋਟਰਸਾਈਕਲ 'ਤੇ ਸਫ਼ਰ ਕਰਦੇ ਵੀ ਮੈਂ ਇੱਕ ਵੀਡੀਓ ਬਣਾਈ ਆਵਾਂ ਵਲੋਗ ਬਣਾਈ ਆਵਾਂ ਉਸਤਾਦ ਨੇ ਫੋਨ ਕੀਤੇ ਵੀ ਯਾਨੀ ਕਿ ਰੂਸੀ ਦਾ ਮੈਂ ਉਹ ਰੂਟਰ ਮਰਿਆਂਦਾ ਪਿਆ ਆ ਮੈਂ ਕਿਹਾ ਆਇਆ ਇੱਕ ਤੁਹਾਨੂੰ ਇਨਫੋਰਮੇਸ਼ਨ ਹੀ ਦਿੰਦੇ ਪਏ ਵੀ ਟਰੈਕਟਰ ਦੇ ਮਾਸ਼ਾਅੱਲਾ ਇਹਦੇ ਉੱਤੇ ਅੱਛੀ ਪਰਫੋਰਮੈਂਸ ਦੇ ਬਾਰੇ ਟਰੈਕਟਰ ਦੇ ਬਾਰੇ ਦੱਸਦੇ ਪਏ ਬਾਕੀ ਗੱਲ ਇਹ ਜੀ ਜਿਹੜਾ ਨਾ ਇਹ ਸਾਹਮਣੇ ਜਿਹਦੇ ਪਏ ਸੈਲਜ ਵਾਲੀ ਗੱਡੀਆਂ ਹੀ ਲੱਗੀਆਂ ਰੋਡ 'ਤੇ ਆਉਂਦੀਆਂ ਵੈਂਦੀਆਂ ਖੜੀਆਂ ਨੇ ਇਹ ਸੈਲਜ ਵਾਲੀ ਹੁਣ ਗੱਡੀ ਸੈਲਜ ਦੀ 385 ਹੈ ਪਿਆ ਅਤੇ ਟਰੈਕਟਰ ਹੁਣ ਟਰਾਲੀ ਲੋਡ ਕਰਕੇ ਵਹਿੰਦਾ ਪਏ ਅਤੇ ਇਨਸ਼ਾਅੱਲਾ ਇਹ ਵੀ ਨਜ਼ਰ ਆ ਗਏ ਅਤੇ ਇਹਨਾਂ ਦੀ ਵੀਡੀਓ ਬਣਾ ਸੂੰ ਕਿੰਨੇ ਨਜ਼ਦੀਕ ਹੋਏ ਤਾਂ ਇਹਨਾਂ ਕਿ ਨੂੰ ਪਤਾ ਸੋਲ ਹਾਲ ਵੀ ਇਨਫੋਰਮੇਸ਼ਨ ਇਹਨਾਂ ਦੀ ਵੀ ਦੇ ਸੂੰ ਤੁਹਾਨੂੰ ਜ਼ਰੂਰ
ਸਾਰ ਨੂੰ ਕਰ ਗਿਣਨ ਪੈ ਗਿਆ। ਇਹ ਨਾਲ ਆਲੂ ਬੀਜਿਆ ਹੋਏ, ਇਹ ਖਾਲੀ ਜਗ੍ਹਾ ਜਿਹੜੀ ਪਰੂ ਮੱਕੀ ਹੈ ਉਰੂ ਮੱਕੀ ਹੈ, ਵਿਚਾਲੇ ਆਲੂ ਬੀਜਿਆ ਹੋਏ। ਉਹ ਬਈ ਗੱਡੀ ਵਹਿੰਦੀ ਪਈ ਹੈ ਰੋਡ 'ਤੇ। ਰੋਟਰੀ ਚੰਗਾ ਵੀ ਯਾਨੀ ਕਿ ਨਾ ਚੰਗਾ ਨਿਬੇੜਾ ਕਰਿਆ ਦੇ। ਉਸਤਾਦ ਪੋਲਾ ਪੈਰ ਲੈਂਦਾ ਵੀ ਯਾਨੀ ਕਿ ਜਿੱਥੇ ਕੰਮ ਐਵਰੇਜ ਬਿਹਤਰੀਨ ਕੰਮ ਹੀ ਸਹੀ ਸੀ ਵੇ, ਐਵਰੇਜ ਵਗੈਰਾ ਸਹੀ ਦੇਵੇ। ਟਰੈਕਟਰ ਤਾਂ ਧੂੰਆਂ ਤਾਂ ਦਿਖਾਉਂਦਾ ਨਹੀਂ ਨਾ, ਨਵੂੰ ਮਾਡਲ ਹੈ ਵੀ ਧੂੰਆਂ ਤਾਂ ਰੂਸੀ ਦੇ ਆ ਜਾਂਦਾ ਵੀ ਸ਼ਾਨ ਹੈ, ਲੇਕਿਨ ਇਹ ਰੂਸੀ ਧੂੰਆਂ ਨਹੀਂ ਦਿਖਾਉਂਦਾ ਪਿਆ। ਟਰੈਕਟਰ ਇਹ ਵੀ ਟੋਟਲ ਜੈਨੂਇਨ ਕੰਡੀਸ਼ਨ ਹੈ ਖੜ੍ਹੇ ਟਰੈਕਟਰ, ਮਾਸ਼ਾਅੱਲਾ ਅੱਛਾ ਹੈ। ਉਸਤਾਦ ਈਂਟ ਉਰਲੀ ਸਾਈਡ ਛੱਡੀ ਵੈਂਦੇ, ਪਰਲੀ ਪਕੜੀ ਵੈਂਦੇ, ਕਿਉਂਕਿ ਪਰਲੀ ਸਾਈਡ 'ਚ ਮਾਰਤੇ ਅਤੇ ਅੰਦਰ ਵਾਲੀ ਦੁਬਾਰਾ ਮਰੇ ਸੀ, ਉਲੇਟਾਂ ਵਗੈਰਾ ਨਹੀਂ ਬਣਦੀਆਂ ਵੱਲ। ਆਵਾਜ਼ ਉਸਤਾਦ ਸੁਣ ਗਏ ਵੀ ਚੌਕੀ ਰਹੇ ਉਸੀ ਟਰੈਕਟਰ ਦੀ। ਵਲੋਗ ਅੱਜ ਦੀ ਮੇਰੀ ਵੀਡੀਓ ਤੋਂ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਲਾਜ਼ਮੀ ਦੱਸਿਆ। ਵਲੋਗ ਬਹੁਤ ਜ਼ਿਆਦਾ ਬਣ ਗਏ ਵਾਸਤੇ ਆਪਣੇ ਇਮਰਾਨ ਮਲਾਣੇ ਕੋਲੋਂ ਇਜਾਜ਼ਤ, ਅਤੇ ਮਿਲਦੇ ਹਾਂ ਨਵੀਂ ਵੀਡੀਓ ਵਿੱਚ। ਤਦ ਤੱਕ ਕੇ ਲਈ ਅੱਲਾ ਹਾਫਿਜ਼।